ਹੱਥ ਦੇ ਵਿੱਚ ਬਿਜਲੀ ਦੇ ਬਿੱਲ ਲੈ ਕੇ ਰੋਡ ਸ਼ੋਅ ਕਰ ਰਿਹਾ ਸੁਖਬੀਰ ਸਿੰਘ ਬਾਦਲ ਸਿੱਧੇ ਨਿਸ਼ਾਨੇ ਭਗਵੰਤ ਮਾਨ 'ਤੇ ਸਾਧ ਰਹੇ ਨੇ। ਪੰਜਾਬ ਵਿੱਚ ਆਓ ਯਾਤਰਾ ਦੇ ਸਮੇਂ ਸੁਖਬੀਰ ਸਿੰਘ ਬਾਦਲ ਆਪਣੇ ਕਾਫਲੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਫੇਰੀ ਕਰ ਰਹੇ ਨੇ, ਜਿਸ ਦੌਰਾਨ ਉਹਨਾਂ ਨੇ ਭਗਵੰਤ ਮਾਨ ਸਰਕਾਰ ਨੂੰ ਆੜੇ ਹੱਥੀ ਲਿਆ ਅਤੇ ਬਿਜਲੀ ਦੇ ਬਿੱਲ ਆਪਣੇ ਹੱਥੀਂ ਚੱਕੀ ਫਿਰਦੇ ਨੇ ਅਤੇ ਕਹਿ ਰਹੇ ਨੇ ਕਿ ਜੋ ਸਰਕਾਰ ਹੈ ਸਰਾਸਰ ਝੂਠ ਬੋਲ ਰਹੀ ਹੈ, ਜੋ ਜ਼ੀਰੋ ਬਿੱਲ ਦੇ ਦਾਅਵੇ ਕਰਦੀ ਹੈ। ਉਹਨਾਂ ਨੇ ਆਪਣੇ ਹੱਥ ਵਿੱਚ ਬਿੱਲ ਫੜ ਕੇ ਦਿਖਾਇਆ ਹੈ ਕਿ ਆਹ ਦੇਖੋ ਜੋ ਲੋਕਾਂ ਦੇ ਬਿੱਲ ਨੇ ਉਹ ਵੱਧ ਆਏ ਨੇ ਅਤੇ ਲੋਕਾਂ ਨੂੰ ਸਰਕਾਰ ਮੂਰਖ ਬਣਾ ਰਹੀ ਹੈ। ਆਓ ਸੁਣਦੇ ਹਾਂ ਹੋਰ ਕੀ ਕਹਿਣਾ ਸੁਖਬੀਰ ਸਿੰਘ ਬਾਦਲ ਦਾ। ਆਮ ਆਦਮੀ ਪਾਰਟੀ ਨੇ ਝੂਠ ਫਰੋਡ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਕੇ ਸਰਕਾਰ ਬਣਾਈ। ਅੱਜ ਦੇਖੋ ਹਜ਼ਾਰਾਂ ਦੀ ਗਿਣਤੀ 'ਚ ਲੋਕ ਕਾਫਲੇ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਚੱਲ ਰਹੇ ਨੇ ਔਰ 30-30, 35-35, 40-40 ਹਜ਼ਾਰ ਦੇ ਬਿੱਲ ਜਿਹੜੇ ਲੋਕਾਂ ਦੇ, ਜਿਹਨਾਂ ਦਾ ਇੱਕ ਪੱਖਾ ਅਤੇ ਇੱਕ ਆਪਣਾ ਲਾਈਟ ਹੈ, ਉਹਨਾਂ ਨੂੰ 40-40 ਹਜ਼ਾਰ ਦੇ ਬਿੱਲ ਲਾਏ ਨੇ। ਉਹਨਾਂ ਸੁਖਬੀਰ ਸਿੰਘ ਬਾਦਲ ਜੀ ਨੂੰ ਬੇਨਤੀ ਕੀਤੀ ਹੈ ਅਤੇ ਹੁਣ ਹਜ਼ਾਰਾਂ ਦੀ ਇਕੱਠ 'ਚ ਜਿਹੜਾ ਕਾਫਲਾ ਨਾਲ ਸੁਖਬੀਰ ਸਿੰਘ ਬਾਦਲ ਦੇ ਆਮ ਉਹਾਰੇ ਨਾਲ ਚੱਲ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲੋਕ ਆਏ ਨੇ। ਦੇਖ ਸਕਦੇ ਵੀ ਆਪ ਮਾਰੇ ਜਿਹੜੇ ਲੋਕ ਆ ਦਿਖਾਈ ਦੇ ਰਹੇ, ਕਿੰਨਾ ਹਜੂਮ ਹੈ, ਰਸ਼ ਹੈ, ਜਿਹੜੇ ਸਾਬਤ ਇਹ ਕਰਦਾ ਵੀ ਲੋਕ ਕਿਵੇਂ, ਜਿਹੜਾ ਅਕਾਲੀ ਦਲ ਦੀ ਸਰਕਾਰ ਵੀ ਜਿਹੜੀ ਆਉਂਦੀ ਆ ਉਹ ਇੰਤਜ਼ਾਰ ਕਰਦੇ ਪਏ ਨੇ ਤੇ ਸੁਖਬੀਰ ਸਿੰਘ ਬਾਦਲ ਨੂੰ ਉਹ ਪਿਆਰ ਕਰਦੇ ਦਿਖਾਈ ਦੇ। ਯਾਤਰਾ ਫਿਰੋਜ਼ਪੁਰ ਦੀ ਹਾਥੀ ਤੋਂ ਸ਼ੁਰੂ ਹੋ ਰਹੀ ਹੈ। ਹਜ਼ਾਰਾਂ ਦੀ ਗਿਣਤੀ ਵਰਕਰ ਇੱਥੇ ਪਹੁੰਚ ਗਏ ਹੈ। ਤੁਸੀਂ ਜਾਣਦੇ ਹੋ ਕਿ ਜਦੋਂ ਦੀ ਆ ਯਾਤਰਾ ਸ਼ੁਰੂ ਹੋਈ ਹੈ ਹਰ ਜਗ੍ਹਾ ਤੇ ਪੜਾਅ ਵੱਧ ਰਹੇ ਹੈ, ਆਪਣਾ ਜੋਸ਼ ਵੱਧ ਰਿਹਾ ਹੈ। ਐਨ ਲੱਗਦਾ ਜਿਸ ਤਰੀਕੇ ਨਾਲ ਆਪਾਂ ਲੱਗੇ ਹਾਂ, ਮਤਲਬ 2 ਮਹੀਨੇ ਬਾਅਦ 13 ਦੀਆਂ 13 ਸੀਟਾਂ ਅਕਾਲੀ ਦਲ ਦੇ ਹੱਥ 'ਚ ਹੋਣਗੀਆਂ। ਸੋ ਸਾਰੇ ਵਰਕਰਾਂ ਦਾ, ਜਿੰਦੂ ਜੀ ਦਾ, ਉਹਨਾਂ ਬੇਟੇ ਦਾ, ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਤੇ ਆ ਚਲੋ ਆਪਾਂ ਕਿ ਦੇਖੋ ਯਾਤਰਾ, ਆ ਦੇਖੋ ਗਰੀਬ, ਆ ਗਰੀਬ ਜਨਤਾ ਦੇ ਬਿੱਲ ਆਏ ਪਏ ਆ, ਕਿਸੇ ਦਾ 50 ਹਜ਼ਾਰ ਦਾ, ਕਿਸੇ ਦਾ 60 ਹਜ਼ਾਰ ਦਾ। ਆ ਜਿਹੜੇ ਝਾੜੂ ਵਾਲੇ ਆ ਇਹਨਾਂ ਨੇ ਝੂਠ ਬੋਲ ਕੇ ਆਪਣੇ ਪੰਜਾਬ ਵਿੱਚ ਕਾਬਜ ਹੋ ਗਏ ਆ ਤੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਅਕਾਲੀ ਦਲ ਤੁਹਾਡੀ ਖੇਤਰੀ ਪਾਰਟੀ ਆ, ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਫੌਜ ਹੈ, ਪੰਜਾਬ ਦੀ ਫੌਜ ਹੈ ਤੇ ਜਿੰਨੇ ਦਿੱਲੀ ਵਾਲੀਆਂ ਪਾਰਟੀਆਂ ਲੁੱਟਣ ਵਾਸਤੇ ਆਉਂਦੀਆਂ ਤੋ ਇਕੱਠੇ ਹੋ ਕੇ ਇਹਨਾਂ ਲੁਟੇਰਿਆਂ ਨੂੰ ਭਜਾਈਏ ਤੇ ਵਾਪਸ ਪੰਜਾਬ ਵਿੱਚ ਤੁਹਾਡਾ ਆਪਣਾ ਪਿੰਡਾਂ ਦਾ ਰਾਜ ਲੈ ਕੇ ਆਈਏ। ਆਮ ਆਦਮੀ ਪਾਰਟੀ ਨੇ ਝੂਠ ਫਰੋਡ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਕੇ ਸਰਕਾਰ ਬਣਾਈ। ਅੱਜ ਦੇਖੋ ਹਜ਼ਾਰਾਂ ਦੀ ਗਿਣਤੀ 'ਚ ਲੋਕ ਕਾਫਲੇ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਚੱਲ ਰਹੇ ਨੇ ਔਰ 30-30, 35-35, 40-40 ਹਜ਼ਾਰ ਦੇ ਬਿੱਲ ਜਿਹੜੇ ਲੋਕਾਂ ਦੇ, ਜਿਹਨਾਂ ਦਾ ਇੱਕ ਪੱਖਾ ਅਤੇ ਇੱਕ ਆਪਣਾ ਲਾਈਟ ਹੈ, ਉਹਨਾਂ ਨੂੰ 40-40 ਹਜ਼ਾਰ ਦੇ ਬਿੱਲ ਲਾਏ ਨੇ। ਉਹਨਾਂ ਸੁਖਬੀਰ ਸਿੰਘ ਬਾਦਲ ਜੀ ਨੂੰ ਬੇਨਤੀ ਕੀਤੀ ਹੈ ਤੇ ਹੁਣ ਹਜ਼ਾਰਾਂ ਦੀ ਇਕੱਠ 'ਚ ਜਿਹੜਾ ਕਾਫਲਾ ਨਾਲ ਸੁਖਬੀਰ ਸਿੰਘ ਬਾਦਲ ਦੇ ਆਮ ਉਹਾਰੇ ਨਾਲ ਚੱਲ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲੋਕ ਆਏ ਨੇ। ਦੇਖ ਸਕਦੇ ਵੀ ਆਪ ਮਾਰੇ ਜਿਹੜੇ ਲੋਕ ਆ ਦਿਖਾਈ ਦੇ ਰਹੇ, ਕਿੰਨਾ ਹਜੂਮ ਹੈ, ਰਸ਼ ਹੈ, ਜਿਹੜੇ ਸਾਬਤ ਇਹ ਕਰਦਾ ਵੀ ਲੋਕ ਕਿਵੇਂ, ਜਿਹੜਾ ਅਕਾਲੀ ਦਲ ਦੀ ਸਰਕਾਰ ਵੀ ਜਿਹੜੀ ਆਉਂਦੀ ਆ ਉਹ ਇੰਤਜ਼ਾਰ ਕਰਦੇ ਪਏ ਨੇ ਤੇ ਸੁਖਬੀਰ ਸਿੰਘ ਬਾਦਲ ਨੂੰ ਉਹ ਪਿਆਰ ਕਰਦੇ ਦਿਖਾਈ ਦੇ। ਯਾਤਰਾ ਫਿਰੋਜ਼ਪੁਰ ਦੀ ਹਾਥੀ ਤੋਂ ਸ਼ੁਰੂ ਹੋ ਰਹੀ ਹੈ। ਹਜ਼ਾਰਾਂ ਦੀ ਗਿਣਤੀ ਵਰਕਰ ਇੱਥੇ ਪਹੁੰਚ ਗਏ ਹੈ। ਤੁਸੀਂ ਜਾਣਦੇ ਹੋ ਕਿ ਜਦੋਂ ਦੀ ਆ ਯਾਤਰਾ ਸ਼ੁਰੂ ਹੋਈ ਹੈ ਹਰ ਜਗ੍ਹਾ ਤੇ ਪੜਾਅ ਵੱਧ ਰਹੇ ਹੈ, ਆਪਣਾ ਜੋਸ਼ ਵੱਧ ਰਿਹਾ ਹੈ। ਐਨ ਲੱਗਦਾ ਜਿਸ ਤਰੀਕੇ ਨਾਲ ਆਪਾਂ ਲੱਗੇ ਹਾਂ, ਮਤਲਬ 2 ਮਹੀਨੇ ਬਾਅਦ 13 ਦੀਆਂ 13 ਸੀਟਾਂ ਅਕਾਲੀ ਦਲ ਦੇ ਹੱਥ 'ਚ ਹੋਣਗੀਆਂ। ਸੋ ਸਾਰੇ ਵਰਕਰਾਂ ਦਾ, ਜਿੰਦੂ ਜੀ ਦਾ, ਉਹਨਾਂ ਬੇਟੇ ਦਾ, ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਤੇ ਚਲੋ ਆਪਾਂ ਕਿ ਦੇਖੋ ਯਾਤਰਾ, ਆ ਦੇਖੋ ਗਰੀਬ,
ਆ ਗਰੀਬ ਜਨਤਾ ਦੇ ਬਿੱਲ ਆਏ ਪਏ ਆ, ਕਿਸੇ ਦਾ 50,000 ਦਾ, ਕਿਸੇ ਦਾ 60,000 ਦਾ। ਆ ਜਿਹੜੇ ਝਾੜੂ ਵਾਲੇ ਆ, ਇਹਨਾਂ ਨੇ ਝੂਠ ਬੋਲ ਕੇ ਆਪਣੇ ਪੰਜਾਬ ਵਿੱਚ ਕਾਬਜ਼ ਹੋ ਗਏ ਆ ਤੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਅਕਾਲੀ ਦਲ ਤੁਹਾਡੀ ਖੇਤਰੀ ਪਾਰਟੀ ਹੈ, ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਫੌਜ ਹੈ, ਪੰਜਾਬ ਦੀ ਫੌਜ ਹੈ। ਤੇ ਜਿੰਨੇ ਦਿੱਲੀ ਵਾਲੀਆਂ ਪਾਰਟੀਆਂ ਲੁੱਟਣ ਵਾਸਤੇ ਆਉਂਦੀਆਂ, ਤੋ ਇਕੱਠੇ ਹੋ ਕੇ ਇਹਨਾਂ ਲੁਟੇਰਿਆਂ ਨੂੰ ਭਜਾਈਏ ਤੇ ਵਾਪਸ ਪੰਜਾਬ ਵਿੱਚ ਤੁਹਾਡਾ ਆਪਣਾ ਪਿੰਡਾਂ ਦਾ ਰਾਜ ਲੈ ਕੇ ਆਈਏ।